有人。好了，摆位，摆。有人。啊！哎呦我的妈！有人。有人。好了，摆位，摆。有人。啊！哎呦我的妈！有人。ਆ ਲਓ ਜੀ ਜੁਗਾੜ ਚੈੱਕ ਕਰੋ ਜੀ, ਚੈੱਕ ਕਰੋ ਨਵਾਂ ਜੁਗਾੜ ਜ਼ਿਮੀਂਦਾਰਾਂ ਦਾ. ਇਹ ਦੋ ਦੋ ਲੱਗੇ ਰਹੇ ਸੋਲਰ ਦੇ ਉੱਤੇ ਚੱਲਦਾ ਪਿਆ ਅਤੇ ਦੋ ਲਾਏ ਜੇ ਭਾਈ ਹੁਣ ਟਿਊਬਵੈਲ, ਠੀਕ ਹੈ ਜੀ, ਇੱਕ ਬੋਰਡ ਦੇ ਉੱਤੇ. ਖੈਰ ਹੋ ਗਈ, ਖੈਰ ਹੋ ਗਈ ਜ਼ਿਮੀਂਦਾਰਾਂ ਦੀ. ਆ ਲਓ ਜੀ ਜੁਗਾੜ ਚੈੱਕ ਕਰੋ ਜੀ, ਚੈੱਕ ਕਰੋ ਨਵਾਂ ਜੁਗਾੜ ਜ਼ਿਮੀਂਦਾਰਾਂ ਦਾ. ਇਹ ਦੋ ਦੋ ਲੱਗੇ ਰਹੇ ਸੋਲਰ ਦੇ ਉੱਤੇ ਚੱਲਦਾ ਪਿਆ ਅਤੇ ਦੋ ਲਾਏ ਜੇ ਭਾਈ ਹੁਣ ਟਿਊਬਵੈਲ, ਠੀਕ ਹੈ ਜੀ, ਇੱਕ ਬੋਰਡ ਦੇ ਉੱਤੇ. ਖੈਰ ਹੋ ਗਈ, ਖੈਰ ਹੋ ਗਈ ਜ਼ਿਮੀਂਦਾਰਾਂ ਦੀ.有人。ਹੈਲੋ ਦੋਸਤੋ, ਇਹ ਸਾਹਮਣੇ ਦਰਿਆ ਚਨਾਬ ਏ, ਇਹ ਹਲੀਲਪੁਰ ਗਾਓਂ ਏ. ਹਲੀਲਪੁਰ ਗਾਓਂ ਦਾ ਰੋਡ ਨੂੰ ਰੁੜਿਆ ਹੋਇਆ ਤਕਰੀਬਨ 4 ਸਾਲ ਹੋ ਚੱਲੇ ਨੇ. ਹਰ ਸਾਲ ਇਹਦੇ 'ਤੇ ਮਿੱਟੀ ਪਾਈ ਜਾਂਦੀ ਹੈ, ਲੇਕਿਨ ਉਹ ਬਰਸਾਤ ਦੇ ਵਿੱਚ ਰੁੜ ਜਾਂਦੀ ਹੈ. ਲੋਕਾਂ ਨੂੰ ਬਹੁਤ ਜ਼ਾਬ ਬਣਿਆ ਪਿਆ ਹੈ. ਖੁਦਾ ਨਾ ਹਾਸਤਾ ਐਮਰਜੈਂਸੀ ਬਣ ਜੇ, ਕਿਤੇ ਮਰੀਜ਼ ਨੂੰ ਹਸਪਤਾਲ ਖੜਨਾ ਪੈ ਜੇ, ਅਤੇ ਪਹਿਲੇ ਤਾਂ ਉਹਨੂੰ ਮੋਢਿਆਂ 'ਤੇ ਰੱਖ ਕੇ ਆ ਸੜਕ ਪਾਰ ਕਰਾਓ, ਅਤੇ ਫਿਰ ਅੱਗੋਂ ਐਂਬੂਲੈਂਸ 'ਤੇ ਪਾ ਕੇ ਗੱਡੀ 'ਤੇ ਪਾ ਕੇ ਖੜੋ. ਇਸ ਰੋਡ ਤੋਂ ਗੁਜ਼ਰਨ ਵਾਸਤੇ ਆ ਪਿੰਡ ਦੇ ਵਿੱਚੋਂ ਛੋਟੀ ਜਿਹੀ ਪੁਲੀ ਏ, ਮੋਟਰਸਾਈਕਲ ਵਗੈਰਾ ਉੱਤੋਂ ਲੰਘ ਸਕਦੇ ਨੇ, ਵੱਡੀਆਂ ਗੱਡੀਆਂ ਨਹੀਂ, ਕਿਉਂਕਿ ਇੰਨਾ ਭਾਰ ਨਹੀਂ ਉਹ ਚੱਲ ਸਕਦੀ ਹੈ. ਇਹ ਵੀ ਛੋਟਾ ਜਿਹਾ ਟੁੰਡ ਖਲਾ ਹੋਇਆ, ਪਤਾ ਨਹੀਂ ਕਦੋਂ ਢਹਿ ਪੈਂਦਾ, ਅਤੇ ਫਿਰ ਤਾਂ ਸਿਆਪਾ ਪੈ ਗਿਆ 4-5 ਪਿੰਡਾਂ ਨੂੰ ਇਕੱਠਾ ਹੀ. ਅਤੇ ਲਿਹਾਜ਼ਾ ਉਸ ਮੇਨ ਰੋਡ ਦੇ ਬਾਰੇ ਸੋਚਿਆ ਜਾਏ, ਉਹਨੂੰ ਬਣਾਇਆ ਜਾਏ, ਉੱਥੇ ਪੁਲ ਵਗੈਰਾ ਬਣਾਇਆ ਜਾਏ ਕਿ ਪਾਣੀ ਬੱਦਲਾਂ ਦਾ ਥੱਲੋਂ ਦੀ ਗੁਜ਼ਰ ਜੇ, ਉਸ ਰੋਡ ਪੁਲ ਨੂੰ ਕੋਈ ਨੁਕਸਾਨ ਨਾ ਹੋਇਆ, ਰੋਡ ਚਾਲੂ ਰਹੇ, ਕਿਉਂਕਿ ਮੇਨ ਰੋਡ ਇਹ ਹੈਡ ਮਰਾਲੇ ਤੋਂ ਰੋਡ ਆਉਂਦਾ ਅਤੇ ਛੰਭ ਦੀ ਤਰਫ ਜਾਂਦਾ. ਇਹ ਨਹੀਂ ਕਿ ਉਹ ਆਮ ਰੋਡ ਏ, ਉਹ ਮੇਨ ਰੋਡ ਏ, ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਉਸ ਰੋਡ ਦੇ ਉੱਤੇ. ਲਿਹਾਜ਼ਾ ਇਸ ਰੋਡ ਦੇ ਬਾਰੇ ਲਾਜ਼ਮੀ ਕੋਈ ਹੱਲ ਕੱਢਿਆ ਜਾਏ, ਮਿਹਰਬਾਨੀ, ਸ਼ੁਕਰੀਆ. ਹੈਲੋ ਦੋਸਤੋ, ਇਹ ਸਾਹਮਣੇ ਦਰਿਆ ਚਨਾਬ ਏ, ਇਹ ਹਲੀਲਪੁਰ ਗਾਓਂ ਏ. ਹਲੀਲਪੁਰ ਗਾਓਂ ਦਾ ਰੋਡ ਨੂੰ ਰੁੜਿਆ ਹੋਇਆ ਤਕਰੀਬਨ 4 ਸਾਲ ਹੋ ਚੱਲੇ ਨੇ. ਹਰ ਸਾਲ ਇਹਦੇ 'ਤੇ ਮਿੱਟੀ ਪਾਈ ਜਾਂਦੀ ਹੈ, ਲੇਕਿਨ ਉਹ ਬਰਸਾਤ ਦੇ ਵਿੱਚ ਰੁੜ ਜਾਂਦੀ ਏ. ਲੋਕਾਂ ਨੂੰ ਬਹੁਤ ਜ਼ਾਬ ਬਣਿਆ ਪਿਆ, ਖੁਦਾ ਨਾ ਹਾਸਤਾ ਐਮਰਜੈਂਸੀ ਬਣ ਜੇ, ਕਿਤੇ ਮਰੀਜ਼ ਨੂੰ ਹਸਪਤਾਲ ਖੜਨਾ ਪੈ ਜੇ, ਅਤੇ ਪਹਿਲੇ ਤਾਂ ਉਹਨੂੰ ਮੋਢਿਆਂ 'ਤੇ ਰੱਖ ਕੇ ਆ ਸੜਕ ਪਾਰ ਕਰਾਓ, ਅਤੇ ਫਿਰ ਅੱਗੋਂ ਐਂਬੂਲੈਂਸ 'ਤੇ ਪਾ ਕੇ ਗੱਡੀ 'ਤੇ ਪਾ ਕੇ ਖੜੋ. ਇਸ ਰੋਡ ਤੋਂ ਗੁਜ਼ਰਨ ਵਾਸਤੇ ਆ ਪਿੰਡ ਦੇ ਵਿੱਚੋਂ ਛੋਟੀ ਜਿਹੀ ਪੁਲੀ ਏ, ਮੋਟਰਸਾਈਕਲ ਵਗੈਰਾ ਉੱਤੋਂ ਲੰਘ ਸਕਦੇ ਨੇ, ਵੱਡੀਆਂ ਗੱਡੀਆਂ ਨਹੀਂ, ਕਿਉਂਕਿ ਇੰਨਾ ਭਾਰ ਨਹੀਂ ਉਹ ਚੱਲ ਸਕਦੀ ਹੈ. ਇਹ ਵੀ ਛੋਟਾ ਜਿਹਾ ਟੁੰਡ ਖਲਾ ਹੋਇਆ, ਪਤਾ ਨਹੀਂ ਕਦੋਂ ਢਹਿ ਪੈਂਦਾ, ਅਤੇ ਫਿਰ ਤਾਂ ਸਿਆਪਾ ਪੈ ਗਿਆ 4-5 ਪਿੰਡਾਂ ਨੂੰ ਇਕੱਠਾ ਹੀ. ਅਤੇ ਲਿਹਾਜ਼ਾ ਉਸ ਮੇਨ ਰੋਡ ਦੇ ਬਾਰੇ ਸੋਚਿਆ ਜਾਏ, ਉਹਨੂੰ ਬਣਾਇਆ ਜਾਏ, ਉੱਥੇ ਪੁਲ ਵਗੈਰਾ ਬਣਾਇਆ ਜਾਏ ਕਿ ਪਾਣੀ ਬੱਦਲਾਂ ਦਾ ਥੱਲੋਂ ਦੀ ਗੁਜ਼ਰ ਜੇ, ਉਸ ਰੋਡ ਪੁਲ ਨੂੰ ਕੋਈ ਨੁਕਸਾਨ ਨਾ ਹੋਇਆ, ਰੋਡ ਚਾਲੂ ਰਹੇ, ਕਿਉਂਕਿ ਮੇਨ ਰੋਡ ਇਹ ਹੈਡ ਮਰਾਲੇ ਤੋਂ ਰੋਡ ਆਉਂਦਾ ਅਤੇ ਛੰਭ ਦੀ ਤਰਫ ਜਾਂਦਾ. ਇਹ ਨਹੀਂ ਕਿ ਉਹ ਆਮ ਰੋਡ ਏ, ਉਹ ਮੇਨ ਰੋਡ ਏ, ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ ਉਸ ਰੋਡ ਦੇ ਉੱਤੇ. ਲਿਹਾਜ਼ਾ ਇਸ ਰੋਡ ਦੇ ਬਾਰੇ ਲਾਜ਼ਮੀ ਕੋਈ ਹੱਲ ਕੱਢਿਆ ਜਾਏ, ਮਿਹਰਬਾਨੀ, ਸ਼ੁਕਰੀਆ. ਹੈਲੋ ਦੋਸਤੋ, ਇਹ ਜਿਹੜਾ ਤੁਹਾਨੂੰ ਸਮੁੰਦਰ ਦੀ ਤਰ੍ਹਾਂ ਪਾਣੀ ਨਜ਼ਰ ਆ ਰਿਹਾ ਦੂਰ ਦੂਰ ਤੱਕ, ਇਹ ਸਾਰਾ ਪਾਣੀ ਟੋਟਲ ਇਸ ਪੈਲੀ ਦੇ ਵਿੱਚ ਵਗਿਆ,
ਇਸ ਪੈਲੀ ਦੇ ਵਿੱਚ ਮੂੰਜੀ ਲੋਕਾਂ ਦੀ ਲੱਗੀ ਹੈ, ਪੱਠੇ ਵਗੈਰਾ ਲੱਗੇ ਨੇ, ਲੋਕਾਂ ਦੇ ਪੀਟਰ ਸਾਰੇ ਖਰਾਬ ਹੋ ਗਏ ਨੇ, ਬਹੁਤ ਜ਼ਿਆਦਾ ਨੁਕਸਾਨ ਹੋਇਆ, ਪੀਟਰਾਂ ਦੇ ਵਿੱਚ ਪਾਣੀ ਪੈ ਗਿਆ। ਹੈਲੋ ਦੋਸਤੋ, ਇਹ ਜਿਹੜਾ ਤੁਹਾਨੂੰ ਸਮੁੰਦਰ ਦੀ ਤਰ੍ਹਾਂ ਪਾਣੀ ਨਜ਼ਰ ਆ ਰਿਹਾ ਦੂਰ ਦੂਰ ਤੱਕ, ਇਹ ਸਾਰਾ ਪਾਣੀ ਟੋਟਲ ਇਸ ਪੈਲੀ ਦੇ ਵਿੱਚ ਵਗਿਆ। ਇਸ ਪੈਲੀ ਦੇ ਵਿੱਚ ਮੂੰਜੀ ਲੋਕਾਂ ਦੀ ਲੱਗੀ ਹੈ, ਪੱਠੇ ਵਗੈਰਾ ਲੱਗੇ ਨੇ, ਲੋਕਾਂ ਦੇ ਪੀਟਰ ਸਾਰੇ ਖਰਾਬ ਹੋ ਗਏ ਨੇ, ਬਹੁਤ ਜ਼ਿਆਦਾ ਨੁਕਸਾਨ ਹੋਇਆ, ਪੀਟਰਾਂ ਦੇ ਵਿੱਚ ਪਾਣੀ ਪੈ ਗਿਆ। ਕੇ ਬਾਅਦ ਪ੍ਰੋਗਰਾਮ ਜਾਰੀ ਰਹਾ ਜਾਂ ਖਤਮ? ਨਹੀਂ ਨਹੀਂ, ਪ੍ਰੋਗਰਾਮ ਕਿਧਰ ਜਾਰੀ ਰਹਾ, ਪ੍ਰੋਗਰਾਮ ਤੋਂ ਵੜ ਗਿਆ। ਕੇ ਬਾਅਦ ਪ੍ਰੋਗਰਾਮ ਜਾਰੀ ਰਹਾ ਜਾਂ ਖਤਮ? ਨਹੀਂ ਨਹੀਂ, ਪ੍ਰੋਗਰਾਮ ਕਿਧਰ ਜਾਰੀ ਰਹਾ, ਪ੍ਰੋਗਰਾਮ ਤੋਂ ਵੜ ਗਿਆ। ਕੇ ਬਾਅਦ ਪ੍ਰੋਗਰਾਮ ਜਾਰੀ ਰਹਾ ਜਾਂ ਖਤਮ? ਨਹੀਂ ਨਹੀਂ, ਪ੍ਰੋਗਰਾਮ ਕਿਧਰ ਜਾਰੀ ਰਹਾ, ਪ੍ਰੋਗਰਾਮ ਤੋਂ ਵੜ ਗਿਆ।